ਕਪੂਰਥਲਾ ਦੇ ਮੁਹੱਲਾ ਤਰਲੋਕਪੁਰਾ ਵਿਖੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਮਾਲਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀ ਧੱਕੇਸ਼ਾਹੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਕਪੂਰਥਲਾ ਦੇ ਮੁਹੱਲਾ ਤਰਲੋਕਪੁਰਾ ਵਿਖੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਮਾਲਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਦਾਸਤਾਨ ਦੱਸੀ। ਇਸ ਮੌਕੇ ਸਾਬਕਾ ਸੂਬੇਦਾਰ ਬਲਵਿੰਦਰ ਸਿੰਘ ਰਾਣਾ ਅਤੇ ਸੋਹਨ ਲਾਲ ਸਾਬਕਾ ਕੌਂਸਲਰ ਨੇ ਦੱਸਿਆ ਕਿ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜੇਕਰ ਸਰਕਾਰ ਇੱਥੇ ਕਲੋਨੀ ਬਣਾਉਣਾ ਚਾਹੁੰਦੀ ਹੈ ਤਾਂ ਸਾਨੂੰ ਜਾਇਜ਼ ਮੁਆਵਜ਼ਾ ਦੇ ਕੇ ਸਾਡੀਆਂ ਜ਼ਮੀਨਾਂ ਐਕਵਾਇਰ ਕਰੇ। 1,000 ਮਰਲੇ ਦੇ ਕੇ ਸਾਡੇ ਕੋਲੋਂ ਲੱਖਾਂ ਰੁਪਏ ਮਰਲੇ ਵਾਲੀ ਜ਼ਮੀਨ ਸਰਕਾਰ ਸਾਡੇ ਤੋਂ ਖੋਣਾ ਚਾਹੁੰਦੀ ਹੈ, ਜਦਕਿ ਲੋਕ ਇਹ ਜ਼ਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਹਨ। ਅਸੀਂ ਕਰੀਬ 200 ਲੋਕ ਇਸ ਮਾਮਲੇ ਨਾਲ ਉਲਝੇ ਪਏ ਹਾਂ। ਜਦੋਂ ਇਸ ਬਾਬ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ, ਪਿਛਲੀ ਸਰਕਾਰਾਂ 'ਚ ਜੋ ਕੁਝ ਹੋਇਆ ਉਹ ਹੁਣ ਨਹੀਂ ਹੋਵੇਗਾ, ਬਾਕੀ ਇਸ ਮਾਮਲੇ ਦਾ ਮਾਨਯੋਗ ਅਦਾਲਤ 'ਚ ਕੇਸ ਵਿਚਾਰਧੀਨ ਹੈ, ਫਿਰ ਵੀ ਅਸੀਂ ਆਪਣੇ ਪੱਖ ਤੋਂ ਜੋ ਕੁਝ ਲੋਕਾਂ ਲਈ ਕਰ ਸਕਦੇ ਹਾਂ ਜ਼ਰੂਰ ਕਰਾਂਗੇ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਠੀਕ ਹੈ ਜੀ। ਸਰ ਕਿੱਥੇ ਦੇ ਰਹਿਣ ਵਾਲੇ ਤੁਸੀਂ? ਅਸੀਂ ਤਰਲੋਕਪੁਰਾ ਜੀ। ਜ਼ਿਲ੍ਹਾ ਕਿਹੜਾ ਜੀ? ਕਪੂਰਥਲਾ। ਠੀਕ ਹੈ ਜੀ। ਅੱਜ ਤੁਸੀਂ ਕਾਨਫਰੰਸ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਥੋੜ੍ਹੀ ਥੋੜ੍ਹੀ ਜ਼ਮੀਨ ਹੈ ਜੀ ਇੱਥੇ ਤਰਲੋਕਪੁਰ ਦੇ ਵਿੱਚ। ਠੀਕ ਹੈ ਜੀ। ਤੇ ਇਹ ਅਕਾਲੀ ਸਰਕਾਰ ਦੇ ਵੇਲੇ ਦੀ 2012 ਦੀ ਜ਼ਬਰਦਸਤੀ ਅਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਜੀ। ਕੌਣ ਕਰ ਰਹੇ ਜੀ ਅਕਵਾਇਰ? ਇਹ ਸਰਕਾਰ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅਸੀਂ ਉਸ ਤੋਂ ਬਾਅਦ ਕਈ ਚਿੱਠੀਆਂ ਲਿਖੀਆਂ, ਅਕਾਲੀ ਸਰਕਾਰ ਵੱਲੋਂ ਲਿਖੀਆਂ, ਕਾਂਗਰਸ ਵੱਲੋਂ ਲਿਖੀਆਂ, ਹੁਣ ਭਗਵੰਤ ਮਾਨ ਸਾਹਿਬ ਨੂੰ ਵੀ ਚਿੱਠੀ ਲਿਖੀ ਹੋਈ ਹੈ, ਸਾਡੇ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਸਰ ਕੋਲ ਕਿੰਨੀ ਜ਼ਮੀਨ ਆ ਤੇ ਕਿੰਨੇ ਮਾਲਕ ਹੈ? ਇਹ ਜੀ 15 ਕਿੱਲੇ ਆ ਜੀ ਸਾਰੇ ਇਹ। ਠੀਕ ਹੈ ਜੀ। ਤਕਰੀਬਨ ਤੇ ਕਿੰਨੇ 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 ਮਾਲਕ ਹੈ? ਇਹ ਜੀ 200 ਬੰਦਾ ਰੋਟੀ ਖਾਂਦਾ ਜੀ। ਠੀਕ ਹੈ ਜੀ। ਹਾਂਜੀ। ਤੇ ਜਿਹੜੀ ਸਰਕਾਰ ਇਨਕੁਆਇਰ ਕਰਕੇ ਕੀ ਕਰਨਾ ਚਾਹੁੰਦੀ ਹੈ? ਇਹ ਤੇ ਜੀ ਕਹਿੰਦੇ ਜੀ ਕੋਈ ਕਲੋਨੀ ਬਣਾਉਣੀ ਹੈ, ਸਾਨੂੰ ਤਾਂ ਪਤਾ ਨਹੀਂ ਇਹਦਾ ਨਾਂ ਦਾ, ਪਰ ਸੁਣਿਆ ਵੀ ਉਹ ਕਹਿੰਦੇ ਕਲੋਨੀ ਬਣਾਉਣੀ ਹੈ। ਤੇ ਜੇ ਇਨਕੁਆਇਰ ਕਰਕੇ ਤੁਹਾਨੂੰ ਬੰਦਾ ਮੁਆਵਜ਼ਾ ਮਿਲਦਾ ਪਿਆ? ਇਹ ਜੀ ਉਦੋਂ ਦੀ 2012 ਦੇ ਵਿੱਚ 20,000 ਰੁਪਇਆ ਸਾਲ ਮਰਲੇ ਦਾ ਦਿੰਦੇ ਸੀ ਜੀ, ਤੇ ਇਹਦਾ ਮੈਂ ਖੁਦ ਮਤਲਬ 1,34,000 ਰੁਪਏ ਨੂੰ ਮਰਲਾ ਖਰੀਦਿਆ ਸੀਗਾ। ਇਹਦੀ ਕੀਮਤ ਜਿਹੜੀ ਬਾਜ਼ਾਰੀ ਕੀਮਤ ਹੈ 3-4 ਲੱਖ ਰੁਪਏ ਮਰਲਾ ਹੈ, ਤੇ ਜਿਹੜੀ ਸੜਕ ਦੇ ਨਾਲ 10-15 ਲੱਖ ਹੈ, ਕਿਉਂਕਿ ਨਵੀਂ ਕਚਹਿਰੀ ਬਣੀ ਨਾਲ ਅੱਗੇ ਅਗਲੇ ਪਾਸੇ, ਤੇ ਤਾਂ ਕਰਕੇ ਮਤਲਬ ਉਹਦਾ ਰੇਟ ਬਹੁਤ ਹੋ ਗਿਆ। ਯਾਨੀ 4 ਲੱਖ ਦੀ ਜ਼ਮੀਨ ਦਾ ਰੇਟ ਤੁਹਾਨੂੰ 20,000 ਮਰਲਾ ਦਿੰਦੇ ਜੀ। ਉਹ ਕਿੰਨੇ ਸਾਲ ਤੋਂ ਤੁਹਾਡੇ ਕੋਲ ਜ਼ਮੀਨ ਹੈ? ਇਹ 2012 ਤੋਂ ਹੈ ਜੀ। ਜ਼ਮੀਨ ਤੇ ਇਹਨਾਂ ਨੇ ਜੱਦੀ ਜਾਣਾ ਦੀ ਦੂਸਰਿਆਂ ਦੀ, ਮੇਰੀ ਮੈਂ ਆਪਣੇ ਕਹਿ ਰਿਹਾ 2012 ਦੀ ਹੈ, ਮੈਂ ਖਰੀਦੀ ਸੀਗੀ ਕਿਸੇ ਕੋਲੋਂ 1,34,000 ਨੂੰ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜੇ ਸਰਕਾਰ ਤੁਹਾਨੂੰ ਸਹੀ ਮੁਆਵਜ਼ਾ ਦੇਵੇ, ਹਾਂਜੀ, ਤਾਂ ਤੁਸੀਂ ਸਾਰੇ ਵਿਚਾਰ ਕਰ ਸਕਦੇ ਹੋ ਜ਼ਮੀਨ ਦੇਣ ਲਈ? ਬਿਲਕੁਲ ਕਰ ਸਕਦੇ ਹਾਂ ਜੀ, ਪਰ ਕਈ ਵਾਰ ਮਿਲੇ ਆ ਉਹ ਇਸ ਵੱਲ ਨੂੰ ਆ ਨਹੀਂ ਗਏ ਅਜੇ। ਜਿਹਨਾਂ ਨੂੰ ਤੁਸੀਂ ਅੱਜ ਤੱਕ ਅਪਰੋਚ? ਮੈਂ ਸਾਰਿਆਂ ਨੂੰ ਕੀਤੀ ਹੈ ਜੀ ਚਿੱਠੀਆਂ ਰਾਹੀਂ, ਪਰਸਨਲ ਤੌਰ ਤੇ ਚੇਅਰਮੈਨ ਸਾਹਿਬ ਨੂੰ ਗੁਰਪਾਲ ਸਿੰਘ ਨੂੰ ਮਿਲੇ ਜੀ। ਠੀਕ ਹੈ ਜੀ। ਉਹਨਾਂ ਨੇ ਆਸ਼ਵਾਸਨ ਤਾਂ ਦਿੱਤਾ ਸੀਗਾ ਕਿ ਮੈਂ ਕੁਛ ਨਾ ਕੁਛ ਜ਼ਰੂਰ ਕਰੂੰਗਾ, ਪਰ ਕਈ ਦਿਨ ਹੋ ਗਏ ਇਦਾਂ ਹੀ ਗੱਲ ਰਹਿੰਦੀ ਆ ਤੇ ਕੋਈ ਗੱਲ ਨਹੀਂ ਬਣੀ। ਹਾਂਜੀ। ਮੈਂ ਖੁਦ ਮਤਲਬ ਇੱਕ ਸੂਬੇਦਾਰ ਆਰਮੀ ਦਾ, ਮੈਂ ਆਪਣੇ ਪੈਸੇ ਪੂਸੇ ਇਕੱਠੇ ਕਰਕੇ ਉੱਥੇ ਇਨਵੈਸਟ ਕੀਤੇ ਸੀਗੇ, ਉਹ 2012 ਤੋਂ ਲੈ ਕੇ ਇੱਦਾਂ ਹੀ ਵਿੱਚ ਹੀ ਘਸਲਾ ਮਿਲਿਆ ਹੋ ਗਿਆ ਜੀ। ਕਿਸੇ ਨੇ 100 ਵਾਰੀ ਬੇਨਤੀ ਕੀਤੀ ਵੀ ਇਹਨੂੰ ਜਦ ਸਾਨੂੰ ਬਣਦਾ ਜਿਹੜਾ ਉਹ ਸਰਕਾਰੀ
ਮਿਲ ਦਿੱਤਾ ਜਾਵੇ ਬਜ਼ਾਰੀ ਕੀਮਤ, ਤੇ ਜਾਂ ਫਿਰ ਸਾਡੀ ਉਹਨੂੰ ਛੱਡ ਦਿੱਤੀ ਜਾਵੇ, ਅਸੀਂ ਆਪੇ ਵੇਚ ਲਾਂਗੇ ਜਾਂ ਕੋਈ ਹੋਰ ਬਣਾ ਲਾਂਗੇ ਆਪਣੇ ਘਰ। ਸਰਕਾਰ ਕੀ ਕਹਿੰਦੀ, ਜ਼ਮੀਨ ਸਾਡੀ ਹੈ? ਸਰਕਾਰ ਇਹ ਕਹਿੰਦੀ ਵੀ ਅਸੀਂ ਇਨਕੁਆਇਰ ਕੀਤੀ ਹੈ ਤੇ ਅਸੀਂ ਉਹ ਕਲੋਨੀ ਬਣਾਉਣੀ ਹੈ। ਜਬਰਦਸਤੀ ਮਤਲਬ ਕਰ ਲਿਆ, ਤੰਗ ਪਰੇਸ਼ਾਨ ਕਰਦੇ ਸੀ, ਤੇ ਫਿਰ ਅਸੀਂ 2015 ਦੇ ਹਾਈ ਕੋਰਟ ਤੋਂ ਮਤਲਬ ਸਟੇ ਲਿਆ। ਉਹ ਸਟੇ ਸਾਡੀ ਮਜਬੂਰੀ ਸੀਗੀ, ਕੋਈ ਮਤਲਬ ਇਹ ਨਹੀਂ ਸੀ ਸਟੇ ਲਿਆ ਕਹਿੰਦੇ, ਕਾਇਮ ਹੈ ਜੀ ਅਜੇ, ਕਬਜ਼ਾ ਸਾਡੇ ਕੋਲ ਹੈ। ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਜ਼ਮੀਨ ਖਰੀਦਣੀ ਹੈ ਤੇ ਬਾਜ਼ਾਰ ਦੀ ਕੀਮਤ ਪਤਾ ਕਰੋ, ਸਾਨੂੰ ਕੀਮਤ ਦਿਓ, ਅਸੀਂ ਛੱਡ ਦੇਵਾਂਗੇ। ਤੁਹਾਡੇ ਨਾਲ ਜਿਹੜਾ ਮਾਰਕੁੱਟ ਹੋਈ ਸੀ ਉਹ ਸਰਕਾਰ ਕਿਹਦੀ ਸੀਗੀ? ਸਰਕਾਰ ਅਕਾਲੀਆਂ ਦੀ ਸੀ ਜੀ। ਇਹ ਝਗੜਾ ਕਿਹਨੇ ਕੀਤਾ ਤੁਹਾਡੇ ਨਾਲ? ਝਗੜਾ ਜੀ ਇੱਕ ਆਪਣੇ ਕਲੈਕਟਰ ਸੀਗੇ, ਐਸ ਡੀ ਐਮ ਭਲਾਥ ਨੇ ਲਾਇਆ ਹੋਇਆ ਸੀ, ਐਸ ਡੀ ਐਮ ਫਗਵਾੜੇ ਵੱਲੋਂ। ਪਹਿਲਾਂ ਐਸ ਡੀ ਐਮ ਭਲਾਥ ਸੀਗੇ, ਫਿਰ ਐਸ ਡੀ ਐਮ ਫਗਵਾੜਾ ਸੀਗੇ, ਉਹ ਸੀਗੇ ਇਹਦੇ ਐਕੁਜ਼ੀਸ਼ਨ ਦੇ ਕਲੈਕਟਰ। ਉਹਨਾਂ ਨੇ ਉੱਥੇ ਮੈਂ ਅੱਗੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਮੈਂ ਲੰਮਾ ਵੀ ਪੈ ਗਿਆ ਸੀ ਉੱਥੇ ਟਰੈਕਟਰ ਦੇ ਅੱਗੇ, ਉਹਨਾਂ ਨੇ ਮੇਰੀ ਕੋਈ ਨੀ ਸੁਣੀ। ਉਹ ਕਹਿੰਦੇ ਵੀ ਅਸੀਂ ਕਬਜ਼ਾ ਲੈ ਲਿਆ, ਬਸ ਤੂੰ ਹੁੰਦਾ। ਕੋਈ ਪਰਚਾ ਵਗੈਰਾ ਵੀ ਹੋਏ ਸੀਗੇ? ਨਹੀਂ, ਪਰਚਾ ਕੋਈ ਨਹੀਂ ਹੋਇਆ। ਹੁਣ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ? ਸਾਡੀ ਸਰਕਾਰ ਤੋਂ ਇਹ ਮੰਗ ਹੈ ਵੀ ਜੇ ਤੇ ਤੁਸੀਂ ਸਰਕਾਰ ਇਹ ਜ਼ਮੀਨ ਖਰੀਦਣੀ ਚਾਹੁੰਦੇ ਹੋ, ਕਲੋਨੀ ਬਣਾਉਣਾ ਚਾਹੁੰਦੇ ਹੋ, ਤੇ ਸਾਨੂੰ ਜਿਹੜਾ ਸਹੀ ਬਾਜ਼ਾਰੀ ਕੀਮਤ ਦਿੱਤੀ ਜਾਵੇ ਉਹਦੀ ਪਤਾ ਕਰਕੇ, ਤੇ ਜੇ ਨਹੀਂ ਤੇ ਸਾਡੇ ਉਹ ਤੋਂ ਬਾਅਦ ਅਸੀਂ ਆਪਣੇ ਆਪ ਹੀ ਇਹ ਤੇ ਘਰ ਬਣਾ ਲਾਂਗੇ, ਜਾਂ ਜਿੱਦਾਂ ਵੀ ਆਪਣੇ ਬਰਤਨਾ ਬਰਤ ਲਾਂਗੇ। ਇੱਥੇ ਵੀ 200 ਜੀ ਮਤਲਬ ਰੋਟੀ ਖਾਂਦਾ ਜੀ, ਅਸੀਂ ਸਾਰੇ ਗਰੀਬ ਆ, ਕਿਸੇ ਦੀ 2 ਕਨਾਲ ਆ, ਕਿਸੇ ਦੀ 4 ਕਨਾਲ ਆ, ਕਿਸੇ ਦੀ 6 ਕਨਾਲ ਆ। ਅਸੀਂ ਬੇਨਤੀ ਕਰਦੇ ਹਾਂ ਕਿਉਂ ਭੁੱਖੇ ਮਾਰ ਲੈ ਲੋਕਾਂ ਨੂੰ, ਉਜਾੜਨ ਤੋਂ ਬਚਾਇਆ ਜਾਵੇ। ਹਾਂ, ਉਜਾੜੇ ਤੋਂ ਬਚਾਇਆ ਜਾਵੇ। ਅਸੀਂ ਤੁਹਾਡੇ ਮਾਧਿਅਮ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕਰੋ, ਅਸੀਂ ਛੋਟੇ ਕਿਸਾਨ ਆ, ਸਾਡੀ 4-4 ਕਨਾਲ ਆ, ਕਿਸੇ ਦੀ 8 ਕਨਾਲ ਆ, ਕਿਸੇ ਦੀ ਕੁਛ ਹੈ, ਤੇ ਅਸੀਂ ਗੁਜ਼ਾਰਾ ਕਰਦੇ ਹਾਂ ਮਤਲਬ ਇੱਥੇ ਖਾ ਕੇ, ਤੇ ਸਾਡੀ ਮਦਦ ਕੀਤੀ ਜਾਵੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ ਨਾ ਬਹਾਲਾ ਹੁੰਦੀ ਕੋਰਟ ਦਾ, ਕੋਰਟ ਸਾਡੀ ਮਜਬੂਰੀ ਸੀਗੀ, ਸਾਡੇ ਕੋਲ ਪੈਸਾ ਵੀ ਨਹੀਂ ਹੈ ਵੀ ਅਸੀਂ ਤੇ ਚੰਡੀਗੜ੍ਹ ਜਾਈਏ ਤੇ ਜਾ ਕੇ ਉੱਥੇ ਉਹ ਆਪਣੇ ਵਕੀਲਾਂ ਨੂੰ ਦਈਏ, ਨਾ ਇੱਥੇ ਜਾਣ ਵਾਸਤੇ ਨਾ ਵਕੀਲਾਂ ਨੂੰ ਦੇਣ ਵਾਸਤੇ। ਕੋਈ ਵੀ ਸਰਕਾਰ ਮਤਲਬ ਕਹਿੰਦੀ ਵੀ ਕੋਰਟ 'ਚ ਆ ਜਾਈਏ, ਅਸੀਂ ਕੁਛ ਨਹੀਂ ਕਰ ਸਕਦੇ, ਉਹ ਸਭ ਕੁਛ ਕਰ ਸਕਦੇ ਆ ਜੀ। ਉਹ ਅਸੀਂ ਵਕੀਲ ਸਾਹਿਬ ਨੂੰ ਪੁੱਛਿਆ, ਕਹਿੰਦਾ ਵੀ ਜੇ ਤਾਂ ਉਹਨਾਂ ਨੂੰ ਜ਼ਬਰਦਸਤੀ ਲੈ ਰਹੀ ਤਾਂ ਮੁਆਵਜ਼ਾ ਦੇਣ ਪੂਰਾ, ਤੇ ਜੇ ਨਹੀਂ ਲੈ ਰਹੀ ਤਾਂ ਸਾਨੂੰ ਲਿਖ ਕੇ ਦੇਣਾ, ਅਸੀਂ ਨਹੀਂ ਲੈ ਰਹੀ, ਅਸੀਂ ਕੋਰਟ 'ਚ ਪਾ ਦਿੰਦੇ, ਕੋਰਟ ਕੈਂਸਲ ਕਰ ਦੂ, ਅਸੀਂ ਵਾਪਸ ਵੀ ਲੈ ਸਕਦੇ ਆਪਣੀ ਪਟੀਸ਼ਨ, ਪਟੀਸ਼ਨ ਤਾਂ ਕੋਈ ਨਹੀਂ ਦਿੰਦਾ। ਜ਼ਮੀਨ ਦਾ ਜਿਹੜਾ ਮਾਮਲਾ ਵਾ, ਸ਼ੁਰੂਆਤ ਕਿੱਦਾਂ ਹੋਈ ਤੁਹਾਡੀ? ਸ਼ੁਰੂਆਤ ਏਦਾਂ ਹੋਈ ਵੀ ਇਹ ਧੀਰ ਸੀਗੇ ਚੇਅਰਮੈਨ ਦੀ, ਉਹਨਾਂ ਨੇ ਇਹ ਜ਼ਮੀਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜੀ। ਪਹਿਲਾਂ ਉਹ ਜਿਹੜੇ ਕੁਲਵਿੰਦਰ ਸਿੰਘ ਸੀਗੇ ਖੈਰੇ ਵਾਲੇ, ਜਿਹੜਾ ਕੋਈ 8 ਕਿੱਲੇ ਜ਼ਮੀਨ ਹੈ ਹੁਣ, ਉਹਨਾਂ ਨੂੰ ਜ਼ਬਰਦਸਤੀ ਕਹਿੰਦੇ ਵੀ ਮੈਨੂੰ ਇਹ ਜ਼ਮੀਨ ਦੇ ਦੇ ਤੇ ਮੈਂ ਜ਼ਮੀਨ ਦੇ ਵਿੱਚ ਕਲੋਨੀ ਕੱਟਣੀ ਆ। ਉਹਨੇ ਜ਼ਮੀਨ ਦਿੱਤੀ ਨੀ, ਉਹ ਤੋਂ ਬਾਅਦ ਉਹਨੇ ਜ਼ਬਰਦਸਤੀ ਮਤਲਬ ਸਰਕਾਰ ਨੂੰ ਦੇ ਵਿੱਚ ਸੀਗੇ ਪਾਵਰ ਦੇ ਵਿੱਚ, ਤੇ ਆਪਣੇ ਇਹ ਅਕਵਾਇਰ ਕਰਾਤੀ। ਯਾਨੀ ਕਿ ਸਾਰਾ ਪੱਠਾ ਗੁਲ ਜਿਹੜਾ ਉਹ ਧੀਰ ਨੇ ਕੀਤਾ ਜੀ, ਸ਼ੁਰੂਆਤ ਜਿਹੜੀ ਉੱਥੋਂ ਹੋਈ ਆ। ਚੇਅਰਮੈਨ ਕਿਹੜੇ ਵਿਭਾਗ ਦੇ ਸੀਗੇ? ਇਹ ਇੰਪਰੂਵਮੈਂਟ ਟਰੱਸਟ ਜੀ। ਹਾਂਜੀ ਸਰ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਸੋਹਣ ਲਾਲ ਹੈ ਜੀ, ਮੈਂ ਐਕਸਐਮਸੀ ਆ, ਤਰਲੋਕਪੁਰ ਦੇ ਰਹਿਣ ਵਾਲਾ ਆ, ਤੇ ਆ ਜਿਹੜੀ ਜ਼ਮੀਨ ਹੈਗੀ ਆ ਜਿੱਥੇ ਅਸੀਂ ਖੜੇ ਆ, ਇਹ ਸਾਡੇ ਪਿੰਡ ਦੇ ਬੰਦਿਆਂ ਦੀ ਜ਼ਮੀਨ ਆ, ਜਦੀ ਜਾਇਦਾਦ ਤੇ ਆ, ਤੇ ਇਹਦੇ ਤੇ ਸਰਕਾਰ ਕਲੋਨੀ ਕੱਟਣਾ ਚਾਹੁੰਦੀ ਆ। ਇਹਨਾਂ ਬੰਦਿਆਂ ਨੂੰ ਨਾ ਤਾਂ ਪੂਰਾ ਮੁਆਵਜ਼ਾ ਮਿਲਦਾ ਆ, ਤੇ ਨਾ ਇਹਨਾਂ ਨੂੰ ਆਪਣਾ ਕੋਈ ਇਹਨਾਂ ਦਾ ਛੱਡਦੇ ਹੀ ਆ, ਤੇ ਜ਼ਬਰਦਸਤੀ ਇਹਨਾਂ ਨਾਲ ਕਰਦੇ ਪਏ ਆ। ਅਸੀਂ ਚਾਹੁੰਦੇ ਹਾਂ
ਕਿ ਇਹਨਾਂ ਬੰਦਿਆਂ ਨੂੰ ਜਾਂ ਤਾਂ ਪੂਰਾ ਸਰਕਾਰੀ ਮਾਮਲਾ ਜੋ ਸਰਕਾਰੀ ਮੁਆਵਜ਼ਾ ਬੰਦਾ ਉਹ ਦਿੱਤਾ ਜਾਵੇ ਤੇ ਜਾਂ ਆਪਣਾ ਹੈਗਾ ਇਹਨਾਂ ਨੂੰ ਛੱਡ ਦਿੱਤੀ ਜਾਵੇ ਤੇ ਇਹ ਆਪਣਾ ਗੁਜ਼ਾਰਾ ਕਰਨਗੇ। ਕੀ ਕਾਰਨ ਆ ਜੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ, ਤੁਹਾਡੀ ਸਰਕਾਰ ਵੀ ਰਹੀ ਅਕਾਲੀਆਂ ਦੀ, ਕਾਂਗਰਸ ਵੀ ਰਹੀ ਆ, ਇਹ 10 ਸਾਲ ਤੋਂ ਦਰ ਦਰ ਦੀ ਠੋਕਰਾਂ ਖਾ ਰਹੇ ਆ ਜਿਹੜੇ ਮਾਲਕ ਹੈ ਜ਼ਮੀਨ ਦੇ? ਦਰਅਸਲ ਚ ਕੋਈ ਬੰਦਾ ਪਰਸਨਲ ਇਹਨੂੰ ਖਰੀਦਣਾ ਚਾਹੁੰਦਾ ਸੀਗਾ ਚੇਅਰਮੈਨ, ਤੇ ਉਹਨੇ ਸਰਕਾਰ ਤਾਂ ਧੱਕਾ ਨਹੀਂ ਸੀ ਕਰਦੀ, ਚੇਅਰਮੈਨ ਨੇ ਮਤਾ ਪਾ ਕੇ ਤੇ ਇਹਨੂੰ ਐਕਵਾਇਰ ਕਰ ਲਿਆ। ਚੇਅਰਮੈਨ ਧੀਰ ਦਾ ਪੂਰਾ ਨਾਲ ਲਾਉਂਗੇ ਜੀ? ਪੂਰਾ ਨਾਂ ਤੇ ਉਹਦਾ ਧੀਰ ਧੀ ਕਹਿੰਦੇ ਸੀ, ਠੀਕ ਹੈ ਜੀ, ਪਤਾ ਹੀ ਹੋਣਾ। ਉਸ ਤੋਂ ਬਾਅਦ ਵਿੱਚ ਫਿਰ ਉਹਨੇ ਐਕਵਾਇਰ ਕਰਾਤੀ ਸਰਕਾਰ ਕੋਲ, ਤੇ ਅਕਾਲੀ ਸਰਕਾਰ ਨੇ ਉਹ ਰੁਕਵਾਈ ਸੀ ਕਿਉਂਕਿ ਉਹਨਾਂ ਨੇ ਫਿਰ ਸਾਨੂੰ ਇੱਥੇ ਕਬਜ਼ਾ ਕਰਨ ਤੋਂ ਰੋਕ ਦਿੱਤਾ ਗਿਆ ਸੀਗਾ। ਕਿਸੇ ਸਾਜ਼ਿਸ਼ ਬੰਦੇ ਨੇ ਜਾਣ ਕੇ ਐਕਵਾਇਰ ਕਰਵਾਈ, ਜਾਣ ਕੇ ਐਕਵਾਇਰ ਕਰਾਇਆ ਸੀ ਸਾਜ਼ਿਸ਼ ਤਹਿਤ। ਉਹ ਖਰੀਦਣਾ ਚਾਹੁੰਦਾ ਸੀ ਜੀ, ਉਸ ਦੀ ਗੱਲ ਬਣੀ ਨਹੀਂ। ਅਕਾਲੀਆਂ ਦੇ ਐਮਸੀ ਸੀ ਉਸ ਟਾਈਮ? ਹਾਂਜੀ, ਅਕਾਲੀਆਂ ਦੇ ਐਕਸਐਮਸੀ ਆ ਮੈਂ। ਔਰ ਫਿਰ ਤੁਹਾਡੇ ਤੇ ਤੁਸੀਂ ਉਦੋਂ ਕੀਤਾ ਅਕਾਲੀਆਂ ਨੇ? ਨਹੀਂ, ਸਾਡੇ ਤੇ ਕੋਈ ਨਹੀਂ ਕੀਤਾ, ਸਾਡੀ ਤਾਂ ਉਹਨਾਂ ਨੇ ਰੁਕਵਾ ਦਿੱਤੀ ਆ। ਜਬਰਦਸਤੀ ਨਾ ਕਰੋ ਤੇ ਆਪਣੇ ਟਰੈਕਟਰ ਵਾਪਸ ਲੈ ਕੇ ਮੁੜ ਕੇ, ਤੇ ਫਿਰ ਐਸ ਡੀ ਐਮ ਸਾਹਿਬ ਫਗਵਾੜੇ ਵੀ ਸੀ, ਉਹ ਟਰੈਕਟਰ ਵਾਪਸ ਲੈ ਗਿਆ ਸੀ ਮੁੜ ਕੇ। ਹੁਣ ਮੌਜੂਦਾ ਤੁਹਾਡੇ ਨਾਲ ਇਸ ਟਾਈਮ ਕੌਣ ਕੌਣ ਖੜਾ ਹੈ? ਮੌਜੂਦਾ ਮੇਰੇ ਨਾਲ ਕੈਪਟਨ ਰਾਣਾ ਜੀ ਆ, ਤੇ ਇੱਕ ਸਰਦਾਰ ਜੀ ਆਪਣੇ ਮਲਤਾਨੀ ਸਾਹਿਬ ਆ, ਚੰਚਲ ਸਿੰਘ ਆ, ਵਕੀਲ ਸਾਹਿਬ ਆ, ਤੇ ਵਕੀਲ ਸਾਹਿਬ ਆ। ਵਕੀਲ ਸਾਹਿਬ ਦਾ ਨਾਮ ਕੀ ਪੂਰਾ? ਪ੍ਰਕਾਸ਼ ਭਾਟਕ ਜੀ। ਹਾਂਜੀ ਸਰ, ਤੁਹਾਡੀ ਇੰਟਰੋਡਕਸ਼ਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਾਲ ਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ। ਗੁਰਪਾਲ ਸਿੰਘ ਜੀ, ਬੀਤੀ ਦਿਨੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਮੁਹੱਲਾ ਤਪੋਕਪੁਰਾ, ਜਿਹੜਾ ਕਿ ਉੱਥੇ ਕੁਛ ਇੰਪਰੂਵਮੈਂਟ ਅਸੀਂ ਜਗ੍ਹਾ ਗੁਆਚ ਕੀਤੀ, ਕਿਸ਼ਨ ਕਲੋਨੀ ਨਾਲ ਜਗ੍ਹਾ ਬਣਾਉਣੀ ਸੀ ਕਲੋਨੀ ਜੀ, ਉੱਥੇ ਮੁਹੱਲੇ ਵਾਲਾ ਦਾ ਰੋਪ ਆਇਆ ਕਿ ਸਾਡੇ ਨਾਲ ਕਾਫੀ ਧੱਕਾ ਹੋਇਆ, ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਇੱਥੇ ਦੇ ਜੋ ਚੇਅਰਮੈਨ ਸੀਗੇ, ਉਹਨਾਂ ਨੇ ਉਹ ਜਗ੍ਹਾ ਜਿਹੜੀ ਐਕਵਾਇਰ ਕੀਤੀ ਸੀਗੀ, ਤੇ ਉਹ ਜਗ੍ਹਾ ਐਕਵਾਇਰ ਕਰਨ ਤੋਂ ਬਾਅਦ ਜਿਹੜੇ ਉੱਥੇ ਦੇ ਲੋਕ ਸੀਗੇ ਉਹਨਾਂ ਨੂੰ ਬਿਨਾਂ ਸੁਣੇ ਉਹ ਜਿਹੜੀ ਚੀਜ਼ ਐਕਵਾਇਰ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੇ ਉੱਥੇ ਜਿਹੜਾ ਅਦਾਲਤ ਦੇ ਵਿੱਚ ਕੇਸ ਲਗਾਇਆ ਹੋਇਆ, ਤੇ ਅਦਾਲਤ ਦੇ ਵਿੱਚ ਜਿਹੜਾ ਕੇਸ ਲੱਗਣ ਕਰਕੇ ਉੱਥੇ ਹਜੇ ਤੱਕ ਕੇਸ ਚੱਲਦਾ ਪਿਆ ਹੈਗਾ, ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ, ਤੇ ਉਹ ਅਦਾਲਤ ਜੋ ਹੁਕਮ ਦੇਗੀ ਉਹ ਅਸੀਂ ਉਸ ਹੁਕਮ ਦੇ ਨਾਲ ਪਾਬੰਦ ਹੈਗੇ, ਬਟ ਮੈਂ ਆਪਣੇ ਲੋਕਾਂ ਦੇ ਨਾਲ ਕਪੂਰਥਲੇ ਵਾਸੀਆਂ ਨਾਲ ਹਮੇਸ਼ਾ ਖੜਾ ਰਹਾਂਗਾ ਜੀ। ਸਰ, ਤੇ ਲੋਕਾਂ ਦਾ ਵੀ ਕਹਿਣਾ ਸੀਗਾ ਕਿ ਜਿਹੜਾ ਗਵਰਨਮੈਂਟ ਟਰੱਸਟ ਹੈ ਕਿ 20,000 ਰੁਪਏ ਮਾਤਰ ਸਾਨੂੰ ਮੁਆਵਜ਼ਾ ਦੇ ਰਹੀ ਪਰ ਮਰਲੇ ਦਾ, ਜਦਕਿ ਦੇਖਿਆ ਜਾਵੇ ਤਾਂ 20,000 ਦਾ ਮੁੱਲ ਕਿਤੇ ਨਹੀਂ ਹੁੰਦਾ ਰਜਿਸਟਰੀ ਵਾਲਾ। ਦੇਖੋ ਜੀ, ਜਦੋਂ ਉਹ ਜਗ੍ਹਾ ਐਕਵਾਇਰ ਕੀਤੀ ਗਈ ਉਦੋਂ ਮਾਰਕੀਟ ਦੇ ਵਿੱਚ ਸਰਕਾਰੀ ਰੇਟ ਇਹੀ ਹੁੰਦੇ ਸਨ, ਤੇ ਇਹੀ ਰੇਟ ਹੋਣ ਦੇ ਕਰਕੇ ਉਦੋਂ ਦਾ ਕੇਸ ਚੱਲਦਾ ਪਿਆ ਹੈਗਾ, ਜਿਹੜਾ ਕਿ ਹੁਣ ਅਦਾਲਤਾਂ ਵਿੱਚ ਉਹੀ ਜਿਹੜਾ 20,000 ਰੁਪਇਆ ਇਸ ਵੇਲੇ ਬੋਲਦਾ ਪਿਆ, ਤੇ ਕੋਈ ਗੱਲ ਨਹੀਂ, ਮਾਨਯੋਗ ਅਦਾਲਤ ਦਾ ਕੀ ਹੁਕਮ ਹੁੰਦਾ ਅਸੀਂ ਉਸ ਹੁਕਮ ਦੇ ਪਾਬੰਦ ਹੈਗੇ ਹਾਂ, ਜੋ ਅਦਾਲਤ ਹੁਕਮ ਦੇਗੀ ਅਸੀਂ ਉਹਨੂੰ ਲਾਗੂ ਕਰਾਂਗੇ, ਤੇ ਬਾਕੀ ਦੇਖਦੇ ਹਾਂ ਕੀ ਹੁੰਦਾ ਹੈਗਾ, ਅਦਾਲਤ ਜੋ ਹੁਕਮ ਕਰੇਗੀ। ਸਰ, ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਜਗ੍ਹਾ ਜੇ ਸਰਕਾਰ ਸਹੀ ਰੇਟ ਦਿੰਦੀ ਹੈ ਉਹਨਾਂ ਨੂੰ, ਉਹ ਆਪਣਾ ਵਿਚਾਰ ਬਣਾ ਸਕਦੇ ਆ ਕਿ ਜਿਹੜਾ ਸਰਕਾਰ ਨੂੰ ਦੇ ਦਿੰਦੇ। ਬਿਲਕੁਲ ਠੀਕ ਹੈ ਜੀ, ਜੇ ਉੱਥੇ ਦੇ ਲੋਕ ਰਜਾਮੰਦੀ ਦੇ ਨਾਲ ਉੱਥੇ ਇੱਕ ਸਾਨੂੰ ਕਪੂਰਥਲੇ ਨੂੰ ਨਗਰ ਸੁਧਾਰ ਟਰੱਸਟ ਨੂੰ ਇੱਕ ਚੰਗੀ ਕਲੋਨੀ ਕੱਟਣ ਦੇ ਲਈ ਜੇ ਆਪਣੀ ਜਗ੍ਹਾ ਦਿੰਦੇ ਨੇ, ਤੇ ਅਸੀਂ ਤਾਂ ਬਹੁਤ ਖੁਸ਼ਨਸੀਬ ਹੋਵਾਂਗੇ ਕਪੂਰਥਲੇ ਦੇ ਨਾਲ ਲੱਗਦੇ ਸ਼ਹਿਰ। ਕਪੂਰਥਲਾ ਜਿਵੇਂ ਡਿਵੈਲਪ ਹੋਏਗਾ, ਚੰਗੇ ਕਾਰੋਬਾਰ ਵਧਣਗੇ, ਲੋਕਾਂ ਨੂੰ ਰਹਿਣ ਨੂੰ ਬਹੁਤ ਚੰਗੀ ਕਲੋਨੀ ਮਿਲੇਗੀ, ਤੇ ਮੈਂ ਇਹ ਸਮਝਦਾ ਕਿ
ਜੇ ਲੋਕ ਉੱਥੇ ਦੇ ਜਿਹਨਾਂ ਨਾਲ ਕਿ ਸਾਡਾ ਵਿਭਾਗ ਦਾ ਚੱਲਦਾ ਪਿਆ ਹੈਗਾ ਮਾਨਯੋਗ ਹਾਈਕੋਰਟ ਦੇ ਵਿੱਚ, ਜੇ ਉੱਥੇ ਲੋਕ ਸਾਨੂੰ ਸਹਿਮ ਜਿਹੜਾ ਹੈਗਾ ਸਮਰਥਨ ਦੇਣ, ਅਤੇ ਅਸੀਂ ਵੀ ਜਿਹੜਾ ਟਰੱਸਟ ਵੱਲੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅੱਛਾ ਜਿਹੜਾ ਹੈਗਾ ਆ ਵਾਜਿਬ ਜਿਹੜਾ ਸਰਕਾਰ ਵੱਲੋਂ ਮੈਂ ਚੰਡੀਗੜ੍ਹ ਤੋਂ ਰੇਟ ਜਿਹੜਾ ਪਾਸ ਕਰਵਾ ਕੇ ਮੈਂ ਵੀ ਅੱਜ ਦੇ ਰੇਟ ਦੇ ਮੁਤਾਬਿਕ ਉਹਨਾਂ ਨੂੰ ਕਰਨ ਦਾ ਇੱਛੁਕ ਹੈਗਾ। ਬਟ ਮੇਰੇ ਇੱਥੇ ਇੱਕ ਹੋਰ ਦਿਲੀ ਤਮੰਨਾ ਹੈਗੀ, ਕਪੂਰਥਲੇ ਲੋਕਾਂ ਦੇ ਵਿੱਚ ਜਾਂ ਜਿਹੜੇ ਇੱਥੇ ਦੇ ਲੋਕ ਹੈਗੇ ਨੇ ਜਿਨ੍ਹਾਂ ਨਾਲ ਸਾਡਾ ਅਦਾਲਤੀ ਕਾਰਵਾਈ ਚੱਲਦੀ ਪਈ ਹੈਗੀ ਹੈ, ਉਹ ਖੁਸ਼ ਰਹਿਣੇ ਚਾਹੀਦੇ ਆ ਤਾਂ ਕਿ ਸ਼ਹਿਰ ਸਾਡਾ ਡਿਵੈਲਪ ਹੋ ਰਿਹਾ। ਦੂਸਰੇ ਪਾਸੇ ਮੈਂ ਹਮੇਸ਼ਾ ਨਾਲ ਹੈਗਾ ਆ ਅਤੇ ਮੈਂ ਵੀ ਚਾਹੁੰਦਾ ਕਿ ਸ਼ਹਿਰ ਡਿਵੈਲਪ ਹੋਵੇ, ਤਾਂ ਉਹਦੇ ਵਿੱਚ ਵਧੀਆ ਗੱਲ ਹੈਗੀ ਹੈ। ਸਾਡਾ ਕਪੂਰਥਲਾ ਸ਼ਹਿਰ ਸੋਹਣਾ ਸੁਨੱਖਾ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ, ਆਉਣ ਵਾਲੇ ਸਮੇਂ ਦੇ ਵਿੱਚ ਕਪੂਰਥਲਾ ਜਿਹੜਾ ਸ਼ਹਿਰ ਹੈਗਾ ਜਲਦੀ ਹੀ ਟੂਰਿਸਟ ਸਿਟੀ ਵਜੋਂ ਜਿਹੜਾ ਹੈਗਾ ਆ ਉਹ ਬਣਨ ਜਾ ਰਿਹਾ। ਜਿਹੜੀਆਂ ਕੋਸ਼ਿਸ਼ਾਂ ਮੈਂ ਪਿਛਲੇ ਤਕਰੀਬਨ 1.5 ਸਾਲ ਤੋਂ ਲੱਗਾ ਹੋਇਆ ਚੰਡੀਗੜ੍ਹ ਦੇ ਗੇੜੇ ਲਗਾਉਣ ਲਈ, ਅਤੇ ਉਹਦੇ ਮੁਤਾਬਿਕ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਹ ਲਾਗੂ ਹੋਣ ਵਾਲਾ ਇੱਕ ਸਮਾਰਟ ਸਿਟੀ ਕਪੂਰਥਲਾ ਦੇ ਤੌਰ 'ਤੇ ਜੀ। ਠੀਕ ਹੈ, ਥੈਂਕ ਯੂ।